ਜਲੰਧਰ ਦੇ ਜਿਹੜੇ ਲੋਕ ਨੇ ਜਿਹੜੇ ਵੋਟਰ ਨੇ ਬੜੇ ਸਿਆਣੇ ਤੇ ਬੜੇ ਸਮਝਦਾਰ ਬੜੇ ਸੁਲਝੇ ਹੋਏ ਨੇ। ਸੋ ਪਹਿਲਾਂ ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਕਰੂੰਗੀ ਕਿ ਆਪਣੀ ਜਿਹੜੀ ਲੋਕਤੰਤਰ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਸਾਰੇ ਵੋਟ ਜ਼ਰੂਰ ਦੇਣ ਔਰ ਸੱਚ ਤੇ ਇਮਾਨਦਾਰੀ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇੱਕ ਗੱਲ ਚੰਨੀ ਨੇ ਵੀਡੀਓ ਪਾ ਰਹੇ ਸੀ ਉਹਨੇ ਵਾਇਰਲ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਸੂਟ ਵੰਡ ਕੇ ਜਿਹੜੀ ਵੋਟਾਂ ਉਹ ਮੰਗੀਆਂ ਜਾ ਰਹੀਆਂ। ਦੇਖੋ ਜਿਹੜੇ ਜਿਨ੍ਹਾਂ ਨੂੰ ਆਦਤ ਪਈ ਹੋਈ ਹੈ ਤੇ ਜਿਹੜੇ ਸਾਰਾ ਕੁਛ ਕਰਦੇ ਰਹੇ ਨੇ, ਸੋ ਅੱਜ ਉਸ ਤਰ੍ਹਾਂ ਦਾ ਪ੍ਰੋਪਾਗੈਂਡਾ ਕਰਕੇ ਇੱਕ ਮੀਡੀਆ ਦੇ ਵਿੱਚ ਹਾਈਲਾਈਟ ਹੋਣ ਦੇ ਲਈ ਉਹ ਜਿਹੜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ, ਸੋ ਜਿਨ੍ਹਾਂ ਦੀ ਕੋਈ ਸੱਚਾਈ ਨਹੀਂ ਹੈਗੀ। ਸੋ ਇਹ ਨੂੰ ਆਦਤ ਹੈ ਕਿਉਂਕਿ ਇਹਨਾਂ ਨੂੰ ਉਹ ਚੀਜ਼ਾਂ ਕਰਨ ਦਾ, ਇਹ ਸਾਰੀਆਂ ਚੀਜ਼ਾਂ ਕਰਦੇ ਆਏ ਨੇ ਤੇ ਅੱਜ ਇਹ ਜਿਹੜਾ ਡਰਾਮਾ ਉਹ ਰਚਿਆ ਜਾ ਰਿਹਾ। ਸੋ ਲੋਕ ਨੇ ਜਿਹੜੇ ਬੜੇ ਸਿਆਣੇ ਨੇ, ਅਸੀਂ ਆਪਣੇ ਕੰਮਾਂ ਨੂੰ ਲੈ ਕੇ, ਅਸੀਂ ਸੰਗਰੂਰ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਸੰਗਰੂਰ ਦੇ ਵਿੱਚ ਅਸੀਂ ਵੋਟ ਮੰਗੀ, ਅਸੀਂ ਆਪਣੇ ਕੰਮਾਂ ਨੂੰ ਲੈ ਕੇ ਮੰਗੀ ਹੈ। ਸੋ ਅੱਜ ਮੈਨੂੰ ਉਮੀਦ ਹੈ ਕਿ ਜਲੰਧਰ ਦੇ ਲੋਕ ਜ਼ਰੂਰ ਜਿਹੜਾ ਸਾਥ ਦੇਣਗੇ। ਸੁਖਪਾਲ ਖਹਿਰਾ ਵੱਲੋਂ ਵੀ ਇੱਕ ਆਡੀਓ ਜਿਹੜੀ ਆਪਣੇ ਟਵੀਟ ਕੀਤੀ ਗਈ ਸੀ ਕਿ ਜਿਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਪੰਜਾਬ ਦਾ ਅਹੁਦੇਦਾਰ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਨੂੰ ਧਮਕਾਉਂਦਾ ਲੱਗ ਰਿਹਾ ਸੀ, ਕੀ ਵਾਕਈ ਹੀ ਉਹ ਜਿਹੜੀ ਆਡੀਓ ਸੀ ਆਮ ਆਦਮੀ ਪਾਰਟੀ? ਦੇਖੋ ਮੇਰੇ ਪਹਿਲੀ ਗੱਲ ਤਾਂ ਇੱਦਾਂ ਦੀ ਕੋਈ ਆਡੀਓ ਜਾਂ ਵੀਡੀਓ ਜਿਹੜੀ ਉਹ ਕਿਸੇ ਤਰ੍ਹਾਂ ਦੀ ਜਿਹੜੀ ਉਹ ਧਿਆਨ 'ਚ ਨਹੀਂ ਆਈ ਹੈਗੀ। ਅਤੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਬੜੇ ਜੁਝਾਰੂ ਨੇ, ਉਹ ਹਮੇਸ਼ਾ ਹੀ ਜਿਹੜੀਆਂ ਮੈਨੂੰ ਬਤੌਰ ਜਿਹੜਾ ਤਕਰੀਬਨ 2.5 ਸਾਲ ਹੋ ਚੱਲੇ ਆ ਅੱਜ ਤੱਕ, ਜਿੰਨੇ ਵੀ ਵਰਕਰ ਆਉਂਦੇ ਆ ਲੋਕ ਇਹਦੇ ਲਈ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਹਮੇਸ਼ਾ ਆਉਂਦੇ ਨੇ, ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਰਨੀਆਂ ਆਉਂਦੀਆਂ ਨੇ, ਅਤੇ ਇਹ ਜਾਣ ਬੁੱਝ ਕੇ ਜਿਹੜਾ ਇੱਕ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਅਸੀਂ ਚਾਹੇ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਆ ਚਾਹੇ ਕੋਈ ਲੀਡਰ ਆ, ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ।